ਸਤਿ ਸ਼੍ਰੀ ਅਕਾਲ ਦੋਸਤੋ ਮਾਡਰਨ ਖੇਤੀ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੇ ਖੇਤ ਦੇ ਵਿੱਚ ਮੱਕੀ ਦੇਖ ਰਹੇ ਆ ਇਹ 9 ਦਿਨਾਂ ਦੀ ਹੋ ਚੁੱਕੀ ਆ ਪਾਣੀ ਲਾਏ ਨੂੰ 9 ਦਿਨ ਹੋ ਗਏ ਨੇ ਤੇ ਜੇ ਇਸ ਦੇ ਬੀਜ ਦੀ ਗੱਲ ਕਰੀਏ ਤਾਂ ਵੈਰਾਈਟੀ ਇਹ ਹੈਗੀ ਆ ਪਾਇਨਰ ਕੰਪਨੀ ਦੀ ਆ 1899 ਇੱਕ 1844 ਵੀ ਆਉਂਦੀ ਆ ਤੇ ਇਹ 18 ਆ ਫਰਵਰੀ ਨੂੰ ਆਪਾਂ ਨੇ ਬਜਾਈ ਆ ਜਿਹੜੀ ਇਸ ਦੀ ਕਰ ਦਿੱਤੀ ਸੀਗੀ ਅੱਜ ਇਹ 9 ਦਿਨ ਦੀ ਮੱਕੀ ਹੋ ਚੁੱਕੀ ਆ 7ਵੇਂ ਕ ਦਿਨ ਕਰੀਬ ਇਹ ਬਰਾਬਰ ਜੇ ਆ ਜਾਂਦੀ ਹੁੰਦੀ ਆ ਅੱਜ 2 ਕੁ ਦਿਨ ਇਹਦੇ ਉੱਪਰ ਹੋਏ ਨੇ ਤਾਂ ਇਹ ਬਾਹਰ 2-2 ਇੰਚ ਦੀ ਹੋ ਚੁੱਕੀ ਆ ਬਜਾਈ ਜਿਹੜਾ ਜਮਾ ਬਜਾਈ ਬਹੁਤ ਵਧੀਆ ਤਰੀਕੇ ਦੇ ਨਾਲ ਹੋਈ ਸੀ ਆਲੂ ਵਾਲੇ ਖੇਤ ਦੇ ਵਿੱਚ ਇਹ ਮੱਕੀ ਆ ਜਿਹੜੀ ਉਹ ਬੀਜੀ ਗਈ ਆ ਹਾਂ ਜੀ ਮੈਂ ਕੀ ਤੁਸੀਂ ਦੇਖ ਸਕਦੇ ਹੋ ਵੈਸੇ ਅ ਜੇ ਆਪਾਂ ਅ ਵੈਸੇ ਤਾਂ ਐਨ ਵਧੀਆ ਦਿਖ ਰਹੀ ਹੈ ਸਾਰਾ ਖੇਤ ਭਰਿਆ ਵਾ ਪਰ ਵੀਡੀਓ ਦੇ ਵਿੱਚ ਜ਼ੂਮ ਕਰੇ ਤੋਂ ਹੀ ਅ ਦੇਖਦਾ ਅ ਸੋ ਜੇ ਆਪਾਂ ਵੈਰਾਈਆਂ ਦੀ ਗੱਲ ਕਰੀਏ ਤਾਂ ਹਾਲੇ ਜਿਹੜੇ ਕਿਸਾਨ ਵੀਰਾਂ ਨੇ ਮੱਕੀ ਲਾਉਣੀ ਵੀ ਹੈ ਤਾਂ ਇੱਕ ਡੀ ਕਲਬ ਦਾ ਬੀਜਾਂ ਬੀਜਾ ਜਿਹੜਾ ਆਪਣਾ 9108 ਪਲੱਸ ਜਾਂ ਫਿਰ 9108 ਕੱਲਾ ਵੀ ਆਉਂਦਾ ਉਹਨਾਂ ਦਾ ਤੇ ਇਹ ਇਹ ਤਿੰਨ ਬੀਜ ਨੇ ਜਿਹੜੇ ਜਿਆਦਾ ਮਸ਼ਹੂਰ ਨੇ 1844 ਪੈਨਰ ਦੀ ਹੈ ਜਿਹੜੀ ਉਹ ਵੀ ਕਾਫੀ ਜਿਆਦਾ ਮਸ਼ਹੂਰ ਹੈ ਜੇ ਆਪਾਂ ਇਹਨਾਂ ਦੇ ਵਿੱਚ ਡਿਫਰੈਂਸ ਦੀ ਗੱਲ ਕਰੀਏ ਤਾਂ ਜਿਹੜੀਆਂ ਪਕਾਵੀਆਂ ਮੱਕੀਆਂ ਨੇ ਉਹਨਾਂ ਦੇ ਵਿੱਚ ਆਉਂਦਾ ਡੀ ਕਲਬ ਦਾ 9208 ਜਾਂ ਫਿਰ ਪਲੱਸ ਲਾ ਲਈਏ ਤੇ ਦੂਜੇ ਨੰਬਰ ਤੇ ਆਉਂਦਾ 1899 ਜਿਹੜਾ ਕਿ ਨਵਾਂ ਹੀ ਬੀਜ ਆ ਪਹਿਲਾਂ 1844 ਨੂੰ ਵੀ ਪਕਾਉਣ ਵਾਸਤੇ ਮੱਕੀ ਨੂੰ ਦਾਣੇ ਪਕਾਉਣ ਵਾਸਤੇ ਵਰਤਿਆ ਜਾਂਦਾ ਸੀਗਾ ਪਰ ਉਸ ਦੀ ਜੇ ਆਪਾਂ ਗੱਲ ਕਰੀਏ ਤਾਂ ਜੇ ਆਪਾਂ ਨੇ ਹਰੇ-ਜਾਰੇ ਦੇ ਵਿੱਚ ਵੱਢਣੀ ਆ ਜਾਂ ਫਿਰ ਜਿਵੇਂ ਕਿਸਾਨ ਵੀਰ ਆਚਾਰ ਪਾਉਂਦੇ ਨੇ ਉਹਦਾ ਤੇ ਉਹ ਚੀਜ਼ਾਂ ਲਈ ਉਹ ਜਾਦਾ ਜਿਹੜੀ ਹੈ ਬੈਸਟ ਹੈਗੀ ਆ ਵੀ ਆਪਾਂ ਪਕਾਉਣ ਵਾਸਤੇ 1847 ਆ ਜਿਹੜੀ ਉਹ ਨਾ ਬੀਜੀਏ ਪਕਾਉਣ ਵਾਸਤੇ ਜਿਹੜਾ ਬੀਜ ਬੀਜਣਾ ਆਪਾਂ ਪਾਇਨਲ 18 1899 ਜਾਂ ਫਿਰ 9908 ਪਲੱਸ ਪਿਛਲੀ ਵਾਰ ਜਿਹੜਾ ਝਾੜ ਆਇਆ ਸੀਗਾ ਗਿੱਲੀ ਦਾ ਮਤਲਬ ਵੱਢਣ ਤੋਂ ਤੁਰੰਤ ਬਾਅਦ ਆ ਜਿਹੜਾ ਆਪਾਂ ਵੇਚ ਦਿੰਨੇ ਆ ਉਹ ਥੋੜਾ ਜਿਹਾ ਰੇਟ ਘਟ ਹੁੰਦਾ ਉਦੋਂ 50 ਕੁਇੰਟਲ ਤੋਂ ਲੈ ਕੇ ਵਿੱਚ ਵਿੱਚ ਵੀਰਾਂ ਦੇ 55 ਕੁਇੰਟਲ ਤੱਕ ਵੀ ਗਿੱਲੀ ਮੱਕੀ ਦਾ ਜਿਹੜਾ ਝਾੜ ਆ ਉਹ ਆਇਆ ਸੀ ਜਿਹੜੇ ਵੀਰ ਲਾਉਂਦੇ ਨੇ ਵਧੀਆ ਤਰੀਕੇ ਦੇ ਨਾਲ ਪਾਲਣ ਪੋਸ਼ਣ ਕਰਦੇ ਨੇ ਉਹਨਾਂ ਨੂੰ ਜ਼ਰੂਰ ਇਸ ਗੱਲ ਬਾਰੇ ਆਈਡੀਆ ਜਿਹੜਾ ਉਹ ਹੋਊਗਾ ਵੀ ਕੀ ਝਾੜ ਆ ਸੋ ਬਾਕੀ ਰੇਟ ਤੇ ਡਿਪੈਂਡ ਕਰਦਾ ਹੁੰਦਾ ਜੇ ਆਪਾਂ ਨੇ ਹਰੇ-ਚਾਰੇ ਵਾਸਤੇ ਵੇਚਣੀਆਂ ਜਾਂ ਫਿਰ ਟਾਂਡੇ ਵੇਚਣੇ ਨੇ ਜਾਂ achar ਪਾਉਣਾ ਤਾਂ ਉਹਦੇ ਵਾਸਤੇ ਜਿਆਦਾ ਝਾੜਾ ਜਿਹੜਾ ਉਹ 18 44 ਦਾ ਆਉਂਦਾ ਸੋ ਇਸ ਦੇ ਵਿੱਚ ਆਪਾਂ ਨੇ ਇੱਕ ਬੈਗ ਜਿਹੜਾ ਡੀਪੀ ਡੀਏਪੀ ਦਾ ਪਾਇਆ ਆਲੂ ਵਾਲਾ ਖੇਤ ਸੀਗਾ ਇਸ ਕਰਕੇ ਹੋਰ ਕੁਝ ਹੈ ਜਿਹੜਾ ਸਮਾਨ ਉਹ ਨਹੀਂ ਪਾਇਆ ਹੈਗਾ ਤੇ ਆਪਾਂ ਇਸ ਦੇ ਉੱਤੇ ਹੁਣ ਜਿਵੇਂ ਹੈਗੀ ਆ ਆਪਣਾ 19 19 ਦੀ ਸਪਰੇਅ ਆ ਜਿਹੜੀ ਉਹ ਕਰ ਸਕਦੇ ਆ ਤੇ ਪਲਾਸੋ ਦੇ ਵਿੱਚ ਇੱਕ ਜ਼ਿੰਕ ਪਾ ਕੇ ਕਰ ਸਕਦੇ ਆ 200 ਐਮਐਲ ਦੇ ਕਰੀਬ ਜ਼ਿੰਕ ਤੇ ਪਲਾਸਿਕ 1919 ਦਾ ਪੈਕੇਟ ਪਾ ਸਕਦੇ ਆ ਤੇ ਉਸ ਤੋਂ ਬਿਨਾ ਇੱਕ ਇਸ ਦੇ ਉੱਤੇ ਸਪਰੇਅ ਹੈ ਜਿਹੜੀ ਉਹ ਸੁੰਡੀ ਵਾਲੀ ਉਹ ਜ਼ਰੂਰੀ ਹੁੰਦੀ ਆ ਉਹ ਆਪਾਂ ਜਿਵੇਂ ਇੱਕ ਬਹੁਤ ਮਸ਼ਹੂਰ ਆ ਸਪਰੇਅ 505 ਉਹ ਕਰ ਸਕਦੇ ਆ ਜਾਂ ਫਿਰ ਉਸ ਤੋਂ ਬਿਨਾ ਕੋਰਾਜਨ ਜੇ ਆਪਾਂ ਮਹਿੰਗੀਆਂ ਦਵਾਈਆਂ ਦੇ ਵਿੱਚ ਚਲੇ ਜਾਂਦੇ ਆ ਤਾਂ ਕੋਰਾਜਨ ਕਰ ਸਕਦੇ ਆ ਤੇ ਫੇਮ ਦੇ ਦੇ ਉੱਤੇ ਰਿਜ਼ਲਟ ਨਹੀਂ ਹੈ ਜਿਹੜੇ ਹੈਗੇ ਤੇ ਇਸ ਤੋਂ ਬਾਅਦ ਜਿਹੜਾ ਅਗਲਾ ਸਟੈਪ ਆਉਂਦਾ ਜਿਵੇਂ ਆਪਾਂ ਤੁਸੀਂ ਵੀਡੀਓ ਦੇ ਵਿੱਚ ਧਿਆਨ ਨਾਲ ਨਜ਼ਰ ਮਾਰੋ ਜੇ ਦੇਖ ਸਕਦੇ ਹੋ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾਉਣਾ ਕੁਝ ਤਾਂ ਇਹ ਜੀਰੀ ਦੇ ਪੌਦੇ ਨੇ ਜਿਹੜੇ ਹੈਗੇ ਨੇ ਤੇ ਉਸ ਤੋਂ ਵੀ ਨਾਲ ਕੁਝ ਨਦੀਨਾ ਦੇ ਵੀ ਹੈਗੇ ਨੇ ਜਿਵੇਂ ਆਹ ਦੇਖ ਸਕਦੇ ਹੋ ਤੁਸੀਂ ਇਹ ਨਦੀਨ ਜਦੋਂ ਗਿੱਠਕਦੀ ਇਹ ਮੱਕੀ ਹੋ ਜਾਊਗੀ ਉੱਚੀ ਵੱਡੀ ਤਾਂ ਇਸ ਦੇ ਵਿੱਚ ਦਵਾਈਆਂ ਆਉਂਦੀਆਂ ਨੇ ਇੱਕ ਬਾਸਫਦੀ ਆਉਂਦੀ ਆ ਜਾਂ ਫਿਰ ਬਾਇਰ ਦੀ ਆਉਂਦੀ ਆ ਇੱਕ ਦੋ ਕੰਪਨੀਆਂਜ਼ ਦੀ ਹੋਰ ਵੀ ਆਉਂਦੀ ਆ ਸਜੰਟਾ ਦੀਆਂ ਵੀ ਆਈਆਂ ਨੇ ਇਸ ਸਾਲ ਨਵੀਂ ਦਵਾਈ ਤੇ ਉਹ ਦਵਾਈਆਂ ਆਪਾਂ ਕਰ ਸਕਦੇ ਹਾਂ ਬਾਸਫ ਤੇ ਬਾਇਰ ਵਾਲੀ ਨਾਲ ਤਾਂ ਇੱਕ ਐਟਰਾਜਨ ਨਾਮ ਦੀ ਵੀ ਦਵਾਈ ਉਹਨਾਂ ਨੇ ਨਾਲ ਦਿੱਤੀ ਜਾਂਦੀ ਆ ਬਾਇਰ ਵਾਲੀ ਦਾ ਸ਼ਾਇਦ ਨਾਮ ਅਬਰੂਸਟ ਆ ਤੇ ਉਹ ਜਿਹੜੀ ਬਾਸਪਦੀ ਹੁੰਦੀ ਆ ਉਹਦੇ ਉੱਤੇ ਸ਼ਾਇਦ ਐਟਰਾਜਨ ਹੀ ਲਿਖਿਆ ਹੋਇਆ ਹੁੰਦਾ ਇਹ ਆਹੀ 13.5 100 ਤੋਂ ਲੈ ਕੇ ਮੈਨੂੰ ਲੱਗਦਾ ਵੀ 15 100 ਰੁਪਏ ਦੇ ਕਰੀਬ ਆ ਜਿਹੜਾ ਉਹ ਖਰਚਾ ਆਉਂਦਾ ਆਪਾਂ ਨੂੰ ਜਿਹੜੀ ਇਹਦੀ ਨਦੀਨਾਂ ਵਾਲੀ ਸਪਰੇ ਕਰਦੇ ਆ ਵੈਸੇ ਇਹ ਪਹਿਲਾਂ ਬੈੱਡ ਉੱਪਰੋਂ ਜਿਹੜੇ ਸੀਗੇ ਸੁੱਕੇ ਸੀ ਖਾਲੀਆਂ-ਖਾਲੀਆਂ ਸੀ ਗਿੱਲੀਆਂ ਸੀ ਪਾਣੀ ਦਿੱਤਾ ਸੀ ਇਹਦੇ ਵਿੱਚੋਂ ਤੇ ਪਰ ਹੁਣ ਨਦੀਨ ਨੇ ਜਿਹੜੇ ਰਾਤ ਜਿਹੜੀ ਆ ਬਾਰਿਸ਼ ਹੋਈ ਆ 26 ਔਰ 27 ਦੀ ਰਾਤ ਨੂੰ ਤੇ ਉੱਪਰ ਵੀ ਬੈਡਾਂ ਦੇ ਉੱਤੇ ਗਿੱਲਾ ਹੋਣ ਕਰਕੇ ਨਦੀਨ ਨੇ ਜਿਹੜੇ ਬਾਹਰ ਨਿਕਲਣਾ ਲੱਗ ਗਏ ਨੇ ਇਸ ਤੋਂ ਬਿਨਾਂ ਦੋਸਤੋ ਤੁਹਾਨੂੰ ਦੱਸ ਦਈਏ ਵੀ ਇਹ ਸਿੰਪਲ ਜਿਹੜੀ ਆਮ ਪਲੇਟਾਂ ਵਾਲੀ ਮੱਕੀ ਵਾਲੀ ਮਸ਼ੀਨ ਬੀਜ ਬੀਜਦੀ ਹੁੰਦੀ ਆ ਮੱਕੀ ਉਹਦੇ ਨਾਲ ਬਜਾਈ ਕੀਤੀ ਗਈ ਆ ਇਹ ਵੈਕਿਊਮ ਦੀ ਬਜਾਈ ਆ ਜਿਹੜੀ ਉਹ ਨਹੀਂ ਹੈਗੀ ਪਰ ਬਿਲਕੁਲ ਬਹੁਤ ਵਧੀਆ ਜਿਹੜਾ ਜਰਮੀਨੇਸ਼ਨ ਆ ਇਹਦਾ ਹੋਇਆ ਇੱਕ ਸਾਨੂੰ ਹੋਰ ਮੱਕੀਆਂ ਦੇ ਨਾਲੋਂ ਥੋੜਾ ਜਿਹਾ ਜਰਮੀਨੇਸ਼ਨ ਆ ਇਹਦਾ ਜਿਆਦਾ ਬੈਸਟ ਲੱਗਿਆ ਬਹੁਤ ਵਧੀਆ ਹੋਇਆ ਅ ਦਵਾਈ ਕੋਈ ਆਪਣੇ ਕੋਲੋਂ ਕੋਈ ਨਹੀਂ ਲਾਈ ਹੈਗੀ ਪੈਕੇਟ ਦੇ ਵਿੱਚ ਜਿਹੜੀ ਪਹਿਲਾਂ ਨਾਲ ਦੀ ਲੱਗੀ ਹੋਈ ਸੀ ਉਹੀ ਦਵਾਈ ਲੱਗੀ ਹੋਈ ਸੀ ਉਸ ਤੋਂ ਬਾਅਦ ਇਹਦੀ ਬਜਾਈ ਕਰ ਦਿੱਤੀ ਗਈ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਐਨ ਐ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਓਕੇ ਜੀ